ਜਿਹੜੇ ਕੁਝ ਗੱਲ ਵੀ ਉੱਥੇ ਫੜੇ ਗਏ, ਕੁਛ ਨੂੰ ਫਾਂਸੀਆਂ ਹੋਈਆਂ, ਕੁਛ ਨੂੰ ਜੇਲ੍ਹਾਂ ਹੋਈਆਂ। ਅਤੇ ਸਿੰਗਾਪੁਰ ਦੇ ਵਿੱਚ ਜਿਹੜੇ ਫੌਜੀ ਸੀ, ਹਿੰਦੁਸਤਾਨੀ ਫੌਜੀ, ਉਹਨਾਂ ਨੇ ਗਦਰ ਪਾਰਟੀ ਦੇ ਸੱਦੇ ਦੇ ਉੱਤੇ ਅੰਗਰੇਜ਼ਾਂ ਖਿਲਾਫ ਵਿਦਰੋਹ ਵੀ ਕੀਤਾ। ਉਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਔਰ ਕੁਛ ਨੂੰ ਜਿਹੜੀਆਂ ਸਜਾਵਾਂ ਹੋਈਆਂ ਕੈਦਾਂ ਦੇ ਵਿੱਚ ਰਹੇ। ਅਤੇ ਅੱਜ ਜਿਹੜਾ ਮਾਹੌਲ ਹੈ ਇਸ ਤਰ੍ਹਾਂ ਦਾ, ਕੁਛ ਲੋਕ ਸਾਨੂੰ ਗਦਰੀ ਬਾਬਿਆਂ ਦੇ ਨਾਂ ਦੇ ਉੱਤੇ ਵੀ ਪੱਟਣਾ ਚਾਹੁੰਦੇ ਨੇ। ਉਹ ਇੱਥੋਂ ਤੱਕ ਹੈ ਕਿ ਇੱਕ ਕੋਈ ਆਪਣੇ ਆਪ ਨੂੰ ਸਵੈ ਸਾਜਿਆ ਬੁੱਧੀਮਾਨ ਕਹੋ ਜਾਂ ਜੋ ਵੀ ਹੈ ਲਿਖਾਰੀ ਹੈ, ਉਹ ਲਿਖਦਾ ਜੀ, ਉਹਨੇ ਕਿਤਾਬ ਲਿਖੀ ਆ, ਕਹਿੰਦਾ ਗਦਰੀ ਬਾਬੇ ਕੌਣ ਸਨ। ਜਿਵੇਂ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਗਦਰੀ ਬਾਬੇ ਕੌਣ ਸਨ। ਗਦਰੀ ਬਾਬਿਆਂ ਦੇ ਵਿੱਚ ਜਿੱਦਾਂ ਮੈਂ ਕਿਹਾ, ਸੋਹਣ ਸਿੰਘ ਭੱਕਣਾ, ਮੌਲਵੀ ਬਰਕਤੁੱਲਾ ਖਾਨ, ਲਾਲਾ ਹਰਦਿਆਲ, ਹਰੇਕ ਧਰਮਾਂ ਦੇ ਲੋਕ ਸਨ, ਹਰੇਕ ਫਿਰਕੇ ਦੇ ਲੋਕ ਸਨ। ਕੋਈ ਸਮਝਾਉਣ ਦੀ ਲੋੜ ਨਹੀਂ ਕਿ ਗਦਰੀ ਬਾਬੇ ਕੌਣ ਸਨ। ਉਹ ਸਾਰੇ ਦੇ ਸਾਰੇ ਧਰਮ ਨਿਰਪੱਖ, ਆਪਣੇ ਆਪਣੇ ਧਰਮਾਂ 'ਚ ਵਿਸ਼ਵਾਸ ਕਰਨ ਵਾਲੇ, ਸਾਰੇ ਦੇ ਸਾਰੇ ਧਰਮ ਨਿਰਪੱਖ ਲੋਕ ਸਨ। ਧਰਮ ਨਿਰਪੱਖ ਸੰਵਿਧਾਨ ਦੀ ਸਿਰਜਣਾ ਕਰਕੇ ਉਸਨੂੰ ਲਾਗੂ ਕਰਨਾ ਚਾਹੁੰਦੇ ਸਨ, ਪਰ ਉਹ ਨਹੀਂ ਹੋਇਆ। ਸੋ ਇਹ ਲੋਕ ਨੇ ਜਿਹੜੇ ਸਾਨੂੰ ਦੱਸਦੇ ਨੇ ਕਿ ਗਦਰੀ ਬਾਬੇ ਕੌਣ ਸਨ, ਉਹ ਕਿਤਾਬ ਲਿਖ ਕੇ ਗਦਰੀ ਬਾਬਿਆਂ ਨੂੰ ਇੱਕ ਧਰਮ ਨਾਲ ਜੋੜ ਦਿੱਤਾ ਗਿਆ। ਗਦਰੀ ਬਾਬਿਆਂ ਨੂੰ ਜਾਣਨ ਵਾਸਤੇ ਸਾਨੂੰ ਗਦਰੀ ਬਾਬਿਆਂ ਦੀਆਂ ਡਾਇਰੀਆਂ ਹੀ ਪੜ੍ਹ ਲੈਣੀਆਂ ਚਾਹੀਦੀਆਂ ਨੇ, ਸਾਨੂੰ ਪਤਾ ਲੱਗੇਗਾ ਕਿ ਗਦਰੀ ਬਾਬੇ ਕੌਣ ਸਨ। ਸੋ ਮੈਂ ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਇੱਕ ਗੱਲ ਜ਼ਰੂਰ ਕਹਾਂਗੇ। ਸਾਡਾ ਜਿਹੜਾ ਮਕਸਦ ਹੈ ਕੀ ਹੈ ਕਿ ਗਦਰੀ ਬਾਬਾ ਦਾ ਸੁਨੇਹਾ ਹੈ ਧਰਮ ਨਿਰਪੱਖਤਾ ਅਤੇ ਪਿਆਰ ਭਾਈਚਾਰਾ, ਉਹ ਅਸੀਂ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਅੱਗੇ ਮੈਂ ਸ਼ੀਰ ਜੀ ਪ੍ਰੇਮ ਸ਼ੁਕਰ ਉਹਨਾਂ ਦਾ ਬਹੁਤ ਧੰਨਵਾਦੀ ਹਾਂ। ਉਹ ਇਸ ਹਮੇਸ਼ਾ ਸਾਡਾ ਸਾਥ ਦਿੰਦੇ ਨੇ, ਕਵਰੇਜ ਕਰਦੇ ਨੇ ਇਸ ਮੇਲੇ ਦੀ, ਆ ਤੁਹਾਡੇ ਸਾਹਮਣੇ ਖੜੇ ਨੇਗੇ ਇੱਥੇ। ਅਤੇ ਅਗਲਾ ਪ੍ਰੋਗਰਾਮ ਚਲਾਉਣ ਦੇ ਵਾਸਤੇ ਮੈਂ ਭੈਣ ਜੀ ਆਸ਼ਾ ਸ਼ਰਮਾ ਹੋਰਾਂ ਨੂੰ ਪਲੀਜ਼ ਇੱਥੇ ਕਹਿੰਦਾ ਉਹ ਹੋਮ ਸਟੇਜ ਦੇ ਉੱਤੇ ਅਤੇ ਪ੍ਰੋਗਰਾਮ ਦੀ ਕਾਰਵਾਈ ਹੋ ਰਹੀ। ਭੈਣ ਜੀ ਆਸ਼ਾ ਸ਼ਰਮਾ, ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ। ਦੇਸ਼ ਭਗਤ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਹਰ ਵਾਰੀ ਪਿਛਲੇ ਕੁਝ ਸਾਲਾਂ ਤੋਂ ਯੂਨੀਵਰਸਿਟੀ ਵਿਖੇ ਇੱਕ ਵੱਖਰੀ ਕਿਸਮ ਦਾ ਸਮਾਗਮ ਹੁੰਦਾ। ਬੇਸ਼ੱਕ ਅਸੀਂ ਇਸ ਨੂੰ ਮੇਲਾ ਕਹਿੰਦੇ ਹਾਂ, ਪਰ ਇਹ ਮਗਧੀ ਸੋਚ ਵਾਲਿਆਂ ਦੀ ਮਹਿਫਲ ਹੈ। ਜਾਗਦੀ ਜ਼ਮੀਰ ਵਾਲੇ ਲੋਕਾਂ ਦਾ ਇੱਕ ਐਸਾ ਇਕੱਠ ਜਿਹਦੀ ਗਿਣਤੀ ਗੁਣਾਤਮਕ ਪੱਖੋਂ ਭਾਵੇਂ ਜਿੰਨੀ ਮਰਜ਼ੀ ਹੋਵੇ, ਪਰ ਗੁਣਾਤਮਕ ਪੱਖੋਂ ਇਹ ਗਿਣਤੀ ਜੋ ਹੈ, ਇੱਕ ਵਾਰੀ ਜ਼ੋਰਦਾਰ ਤਾੜੀਆਂ ਤੁਹਾਡੇ ਸਾਰਿਆਂ ਨੂੰ। ਅੱਜ ਸਾਡੇ ਲਈ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਮੈਂ ਜਾਂ ਮੇਰੇ ਵਰਗੇ ਹੋਰ ਅਨੇਕਾਂ ਜਿਹੜੇ ਮੰਚ ਸੰਚਾਲਨ ਕਰਦੇ ਨੇ ਉਹਦੇ ਸਿਰਫ ਫਿਕਰ ਦਾ ਜ਼ਿਕਰ ਕਰਦੇ ਨੇ। ਮੈਂ ਆਪਣੀ ਉਦਾਹਰਣ ਦਿੰਦੀ ਹਾਂ ਕਿ ਮੈਂ ਹਮੇਸ਼ਾ ਫਿਕਰ ਦਾ ਜ਼ਿਕਰ ਕਰਦੀ ਰਹਿੰਦੀ ਹਾਂ, ਲੇਕਿਨ ਗੱਲ ਉਦੋਂ ਕਰਦੀ ਹੈ ਜਦੋਂ ਫਿਕਰ ਦੇ ਨਾਲ ਕੰਮ ਕੀਤਾ ਜਾਂਦਾ। ਸੋ ਤੁਹਾਡੇ ਵਿੱਚੋਂ ਅੱਜ ਬਹੁਤੇ ਉਹ ਨੇ ਜਿਹੜੇ ਫਿਕਰ ਦਾ ਜ਼ਿਕਰ ਨਹੀਂ ਕਰਦੇ, ਫਿਕਰ ਦੇ ਨਾਲ ਕੰਮ ਕਰਦੇ। ਉਹਨਾਂ ਵਿੱਚੋਂ ਬਹੁਤ ਸਾਰੀਆਂ ਸੰਸਥਾਵਾਂ ਦੇ ਨੁਮਾਇੰਦੇ ਜਿਹਨਾਂ ਦੇ ਬਾਰੋਬਾਰ ਨਾਮ ਵੀ ਲਏ ਜਾਣਗੇ, ਔਰ ਨਾਲੋ ਨਾਲ ਹੀ ਸਾਡਾ ਐਸਾ ਵੀਰ ਜਿਹੜੇ ਖੇਤਰ ਦੇ ਵਿੱਚ ਨਿਰੰਤਰ ਸਰਗਰਮ ਹੈ, ਡਾਕਟਰ ਸਾਹਿਬ ਸਿੰਘ। ਅੱਜ ਉਹਨਾਂ ਦੇ ਵੱਲੋਂ ਸਾਡੀਆਂ ਤੁਹਾਡੇ ਇਹਨਾਂ ਦੇ ਨਾਮ ਸੀ, ਕਿਉਂਕਿ ਉਹ ਡਾਕਟਰ ਸਾਹਿਬ ਸਿੰਘ ਨਹੀਂ ਹੈ, ਆਪਣੇ ਆਪ ਦੇ ਵਿੱਚ ਇੱਕ ਸੰਸਥਾ ਬਣ ਚੁੱਕੇ ਹੈ। ਉਹਨਾਂ ਨੇ ਅੱਜ ਨਾਟਕ, ਜੋ ਇੱਕ ਪਾਤਰੀ ਨਾਟਕ ਹੈ, ਧੰਨ ਲਿਖਾਰੀ ਨਾਮ ਦਾ,
ਅੱਜ ਉਹਦੀ ਪੇਸ਼ਕਾਰੀ ਹੋਣੀ ਹੈ ਔਰ ਤੁਹਾਨੂੰ ਪਤਾ ਲੱਗੂਗਾ ਕਿ ਕਿਸ ਕਿਸਮ ਦੇ ਲੋਕ ਹਲੇ ਵੀ ਸਾਡੇ ਸਮਾਜ ਦੇ ਵਿੱਚ ਨੇ ਜਿਹੜੇ ਨਿਰੰਤਰ ਕੰਮ ਕਰ ਰਹੇ ਨੇ ਜਿਹੜੇ ਕੰਮ ਬਹੁਤ ਜ਼ਰੂਰੀ ਨੇ ਕਰਨ ਵਾਲੇ ਨੇ ਜਿਨ੍ਹਾਂ ਨੂੰ ਕਦੇ ਵੀ ਸਰਕਾਰਾਂ ਸਾਹਮਣੇ ਨਹੀਂ ਲੈ ਕੇ ਆਉਂਦੀਆਂ ਬਹੁਤ ਸਾਰੇ ਲੇਖਕ ਜਾਂ ਬੁੱਧੀਜੀਵੀ ਵੀ ਜਿਹੜੇ ਖਿੱਤੇ ਦੇ ਵਿੱਚ ਵੱਡੇ ਜਾਂਦੇ ਨੇ ਉਹ ਵੀ ਸਾਹਮਣੇ ਨਹੀਂ ਲੈ ਕੇ ਆਉਂਦੇ ਪਰ ਐਸੇ ਵੀ ਜਿਹੜੇ ਨਿਰੰਤਰ ਸਰਗਰਮ ਨੇ ਉਹਨਾਂ ਕਰਕੇ ਹੀ ਮੇਰਾ ਖਿਆਲ ਹੈ ਜਿਹੜਾ ਸਮਾਜ ਹੈ ਉਹਦੇ ਵਿੱਚ ਸੰਤੁਲਨ ਬਣਿਆ ਹੋਇਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਹਮੇਸ਼ਾ ਦੀ ਤਰ੍ਹਾਂ ਗੀਤ ਸੰਗੀਤ ਤੋਂ ਕਰਦੇ ਹਾਂ ਸ਼ਰਧਾਂਜਲੀ ਦੇ ਤੌਰ ਤੇ ਦੇਸ਼ ਭਗਤ ਗਜਰੀ ਬਾਬਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣੇ ਨੇ ਸਾਡੇ ਕੋਲ ਸੰਗੀਤ ਤੇ ਨਰਿੰਦਰ ਕੁਮਾਰ ਬੱਗਾ ਭੁਪਿੰਦਰ ਸਿੰਘ ਹੋਰੇ ਨੇ ਔਰ ਨਾਲੀ ਸਰੀ ਸਿੰਘ ਹੋਰੇ ਨੇ ਰਾਜ ਬਰਾੜ ਹੋਰੇ ਜਿਹੜੇ ਕਿ ਉਚੇਚੇ ਤੌਰ ਤੋਂ ਪਹੁੰਚੇ ਨੇ ਸਾਡੇ ਵਿਚਕਾਰ ਫ੍ਰਿਜਰੋਂ ਤੋਂ ਉਹਨਾਂ ਨੇ ਗੀਤ ਸੰਗੀਤ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨੀ ਹੈ ਸ਼ਹੀਦ ਆਪਣੇ ਦੇਸ਼ ਦੀ ਜਾਨ ਹੁੰਦੇ ਨੇ ਆ ਨਹੀਂ ਭਰਦੇ ਜਦੋਂ ਕੁਰਬਾਨ ਹੁੰਦੇ ਨੇ ਮੌਤ ਵੀ ਕੰਬ ਜਾਂਦੀ ਹੈ ਉਹਨਾਂ ਦੇ ਸਾਹਮਣੇ ਉਹ ਮੌਤ ਨਾਲ ਖੇਡਣ ਵਾਲੇ ਤੂਫਾਨ ਹੁੰਦੇ ਨੇ ਡਰਦੇ ਨਹੀਂ ਤੇਗ ਜਾਂ ਫਾਂਸੀ ਦੇ ਫੰਦਿਆਂ ਤੋਂ ਕਰਦੇ ਹਾਂ ਨਮਸਕਾਰ ਨਾ ਉਸ ਪਾਪ ਧਰਤੀ ਨੂੰ ਜਿੱਥੇ ਇਹੋ ਜਿਹੇ ਵੀਰ ਜਵਾਨ ਹੁੰਦੇ ਸੋ ਉਹਨਾਂ ਦੇ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਸਾਡੇ ਬਹੁਤ ਹੀ ਪਿਆਰੇ ਵੀਰ ਬਹੁਤ ਹੀ ਸਤਿਕਾਰਯੋਗ ਵੀਰ ਚੰਬਰ ਸਾਹਿਬ ਸਾਹਮਣੇ ਵੀ ਬਹੁਤ ਅੱਛੇ ਜਰਨਲਿਸਟ ਨੇ ਆਪਣਾ ਦੇਸ਼ ਦੁਆਬਾ ਨਾਮ ਦਾ ਜਿਹੜਾ ਚੈਨਲ ਹੈ ਉਹਦੇ 'ਤੇ ਬੜੇ ਸਾਰਥਕ ਪ੍ਰੋਗਰਾਮ ਲਿਖਾਉਂਦੇ ਨੇ ਦੋਸਾਂਝ ਸਾਹਿਬ ਹਾਜ਼ਰ ਨੇ ਮਨਜੀਤ ਸੇਖੋਂ ਜੀ ਹਾਜ਼ਰ ਨੇ ਵੀਰ ਸੁਜੋ ਹਰੇ ਸਾਰੇ ਜੋੜ ਸਾਹਿਬ ਹੋਰੇ ਮੰਡਾਲੀ ਵੀਰ ਹੋਰੇ ਔਰ ਧਾਲੀਵਾਲ ਸਾਹਿਬ ਹੋਰੇ ਸਾਰੇ ਵੀਰ ਤੁਸੀਂ ਹਾਜ਼ਰ ਹੋ ਸਾਰਿਆਂ ਨੂੰ ਜੀ ਆਇਆ ਔਰ ਰਾਜ ਬਰਾੜ ਹੋਰਾਂ ਨੂੰ ਬੇਨਤੀ ਕਰੂੰਗੀ ਕਿ ਉਹ ਆਉਣ ਔਰ ਆ ਕੇ ਸ਼ਰਧਾ ਦੇ ਤੌਰ 'ਤੇ ਸ਼ਰਧਾਂਜਲੀ ਦੇ ਤੌਰ 'ਤੇ ਇੱਕ ਗੀਤ ਪੇਸ਼ ਕਰਨ ਰਾਜ ਬਰਾੜ ਸਾਹਿਬ ਜਿਹੜੇ ਉਚੇਚੇ ਤੌਰ 'ਤੇ ਫ੍ਰਿਜਰੋਂ ਤੋਂ ਆਏ ਨੇ ਕਰੋੜਾਂ ਤਾਰਿਆਂ ਦਾ ਜਿਸ ਤਰ੍ਹਾਂ ਅਸਮਾਨ ਸਾਂਝਾ ਹੈ ਇਵੇਂ ਸਭ ਹਿੰਦੀਆਂ ਦਾ ਇਹ ਹਿੰਦੁਸਤਾਨ ਸਾਂਝਾ ਹੈ ਯਤਨ ਸਭ ਦੇ ਲੱਗੇ ਟੰਕੇ ਵਾਂਗਰ ਇਸ ਦੀ ਉਸਾਰੀ ਵਿੱਚ ਅਸਾਂ ਦੇ ਵਾਸਤੇ ਪੂਜਾ ਦਾ ਇਹ ਅਸਥਾਨ ਸਾਂਝਾ ਹੈ ਕਦੇ ਸਾਡੇ ਸ਼ਹੀਦਾਂ ਨੇ ਜੋ ਸਾਡੇ ਭਾਵ ਵੇਖੇ ਸਨ ਪਵਿੱਤਰ ਸੁਪਨਿਆਂ ਦਾ ਇਹ ਜਨਮ ਅਸਥਾਨ ਸਾਂਝਾ ਹੈ ਨਹੀਂ ਜਦ ਵਿਤਕਰਾ ਸੁਣਿਆ ਟਾਣੀ ਦੇ ਫੁੱਲਾਂ ਦਾ ਤਾਂ ਬੰਦੇ ਕਿਵੇਂ ਵੱਖਰੇ ਨੇ ਜਦੋਂ ਭਗਵਾਨ ਸਾਂਝਾ ਹੈ ਕੁਰਾਨ ਗੀਤਾ ਗ੍ਰੰਥ ਆਪਣੇ ਸਭ ਦੇ ਵੀਰੋ ਇਹ ਤੁਹਾਡੇ ਹੀ ਸਹੀ ਐਪਲ ਇਹਨਾਂ ਦਾ ਗਿਆਨ ਸਾਂਝਾ ਹੈ ਸਮੇਂ ਬੀਤੇ ਦੀਆਂ ਭੁੱਲਾਂ ਤੇ ਉਹ ਸ਼ਰਮਿੰਦ ਦੀ ਸਾਂਝੀ ਅਜੰਤਾ ਦੀ ਕਲਾ ਉੱਤੇ ਵੀ ਸਾਨੂੰ ਮਾਣ ਸਾਂਝਾ ਹੈ ਜੇ ਸਾਂਝੇ ਆਦਰੇ ਦੇ ਤਾਜ ਤੇ ਹੈ ਮਾਣ ਹੱਥ ਸਾਨੂੰ ਗਵਾ ਬੈਠੇ ਹਾਂ ਉਹੇ ਨੂਰ ਦਾ ਅਪਮਾਨ ਸਾਂਝਾ ਹੈ ਦੁਬਲੋ ਸਾਡੀ ਇਸ ਬਿਸ਼ਤੀ ਨੂੰ ਛੱਲਾ ਸੰਭਲ ਜਾਓ ਕਿ ਇਸ ਤੂਫਾਨ ਤੋਂ ਨੁਕਸਾਨ ਸਾਂਝਾ ਹੈ ਸੰਭਲ ਜਾਓ ਕਿ ਇਸ ਤੂਫਾਨ ਤੋਂ ਨੁਕਸਾਨ ਸਾਂਝਾ ਹੈ ਯੂਨਾਨ ਮਿਸਰ ਰੋਮਾ ਸਮਿਟ ਗਏ ਜਹਾਂ ਸੇ ਬਾਕੀ ਮਗਰ ਹੈ ਲੇਕਿਨ ਨਾਮੋ ਨਿਸ਼ਾ ਹਮਾਰਾ ਕੁਛ ਬਾਤ ਹੈ ਕਿ ਹਸਤੀ ਮਿੱਟੀ ਨਹੀਂ ਹਮਾਰੀ ਸਦੀਓਂ ਰਾਹ ਹੈ ਦੁਸ਼ਮਨ ਦੌਰੇ ਜ਼ਮਾਂ ਹਮਾਰਾ ਨਾ ਸਮਝੋਗੇ ਮਿਟ ਜਾਓਗੇ ਹਿੰਦੁਸਤਾਨ ਵਾਲੋ ਤੁਹਾਡੀ ਦਾਸਤਾਨ ਤੱਕ ਨਾ ਰਹੇਗੀ ਦਾਸਤਾਨ ਸੋ ਸਮਾਂ ਵਿਚਾਰਨ ਦਾ ਤੁਸੀਂ ਸਾਰੇ ਇੱਥੇ ਮੇਰੇ ਭੈਣ ਭਰਾ ਅੱਜ ਹਾਜ਼ਰ ਹੋ ਇਸ ਹਾਲ ਦੇ ਵਿੱਚ ਮੋਢਿਆਂ ਦੇ ਸਿਰ ਤਾਂ ਮੇਰੇ ਵਰਗੇ ਸਾਰਿਆਂ ਦੀ ਹੁੰਦਾ ਪਰ ਸਿਰਾਂ 'ਚ ਸੋਨ ਵਾਲੇ ਲੋਕ ਬੜੇ ਗੱਲੇ ਟਾਵੇ ਹੁੰਦੇ ਨੇ ਤੁਹਾਡੇ ਵਰਗੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਸੈਲਿਊਟ ਕਰਦੀ ਹਾਂ ਸਾਰਿਆਂ ਦੇ ਅੱਗੇ ਆਪਣਾ ਸਿਰ ਝੁਕਾਉਂਦੀ ਹਾਂ ਮੈਂ ਉਸ ਕੌਮ ਦਾ ਹਾਰੀ ਜਾਵਾਂ
ਕਿ ਮੈਂ ਉਸ ਤੋਂ ਬਲਹਾਰੀ ਜਾਵਾਂ ਤੇਰਾ ਜਿਸ ਕਲਬੂਤ ਬੜਾਇਆ ਪੰਜ ਤਤ ਇਕੱਠੇ ਕਰਕੇ ਜਿਸਨੇ ਸਿਰੂ ਵਿੱਚ ਆਪ ਟਿਕਾਇਆ ਕਿਸੇ ਚੀਜ਼ ਦੀ ਉਹਨੇ ਕਸਰ ਨਾ ਛੱਡੀ ਹਰ ਰੰਗੀ ਐਸਾ ਲਾਇਆ ਕਾਦਰ ਦੀ ਕੁਦਰਤ ਦਾ ਅੰਜਰਦਾ ਮੈਂ ਜੱਟਾ ਪੇਟ ਕਿਸੇ ਵੀ ਨਾ ਪਾਇਆ ਕਾਦਰ ਦੀ ਕੁਦਰਤ ਦਾ ਅੰਜਰਦਾ ਜੱਟਾ ਪੇਟ ਕਿਸੇ ਵੀ ਨਾ ਪਾਇਆ ਸ਼ਹੀਦਾਂ ਦਾ ਕੰਮਾਂ ਤੇ ਬੜਾ ਹੀ ਪਰਉਪਕਾਰ ਹੁੰਦਾ ਇਹਨਾਂ ਦੀਆਂ ਬਰਕਤਾਂ ਨਾਲ ਹੀ ਕਿਸੇ ਕੌਮ ਦਾ ਆਧਾਰ ਹੁੰਦਾ ਇਹ ਬੁਨਿਆਦਾਂ ਵਿੱਚ ਪਾਉਂਦੇ ਨੇ ਆਪਣੇ ਜਿਗਰ ਦੀ ਢਾਲ ਕੇ ਚਰਬੀ ਉਸਦੇ ਉੱਤੇ ਆਜ਼ਾਦੀ ਦਾ ਮਹਿਲ ਉਸਾਰ ਹੁੰਦਾ ਲੱਖ ਵਾਰ ਮੈਂ ਕਰਦਾ ਹਾਂ ਪਰ ਨਾਮ ਸ਼ਹੀਦਾਂ ਨੂੰ ਜੋ ਕੰਮ ਲਈ ਉੱਠੇ ਕੰਮ ਨਾਮ ਸ਼ਹੀਦਾਂ ਨੂੰ ਲੱਖ ਵਾਰ ਮੈਂ ਕਰਦਾ ਹਾਂ ਪਰ ਨਾਮ ਸ਼ਹੀਦਾਂ ਨੂੰ
Thank you.
Don't let me go.